ਰੱਖੜੀ ਦਾ ਮਹਾਪਰਵ ਸ਼ਰਾਵਣ ਪੂਰਨਿਮਾ ਨੂੰ ਮਨਾਇਆ ਜਾਂਦਾ ਹੈ। ਭਦਰਾ ਕਾਲ ਦੀ ਜੇ ਗੱਲ ਕੀਤੀ ਜਾਵੇ ਜਿਸ ਵਿੱਚ ਰੱਖੜੀ ਬੰਨਾ ਵਰਜੀ 1:31 ਤੱਕ ਦੁਪਹਿਰ ਦੇ ਭਦਰਾ ਰਹੇਗੀ। ਰਕਸ਼ਾ ਬੰਧਨ ਦੇ ਖਾਸ ਮੌਕੇ ਤੇ ਅਸੀਂ ਪਹੁੰਚ ਚੁੱਕੇ ਹਾਂ ਪੰਡਿਤ ਰਾਹੁਲ ਸ਼ਾਸਤਰੀ ਜੀ ਕੋ ਬਹੁਤ ਬਹੁਤ ਸਵਾਗਤ ਕਰਦੇ ਪੰਡਿਤ ਜੀ ਤੁਹਾਡਾ PTC ਪੰਜਾਬੀ ਤੇ, ਔਰ ਇਸੇ ਦੇ ਨਾਲ ਤੁਹਾਨੂੰ ਵੀ ਤੇ ਸਾਡੇ ਸਾਰੇ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ ਰੱਖੜੀ ਦੀਆਂ। ਰੱਖੜੀ ਮਹਾਪਰਵ ਦੀਆਂ ਸਾਰੇ ਦਰਸ਼ਕਾਂ ਨੂੰ ਢੇਰ ਸਾਰੀ ਸ਼ੁਭਕਾਮਨਾਵਾਂ। ਰੱਖੜੀ ਦਾ ਤਿਉਹਾਰ ਭੈਣਾਂ ਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਹੈ ਤੇ ਮੈਂ ਮਾਤਾ ਰਾਣੀ ਤੋਂ ਪ੍ਰਾਰਥਨਾ ਕਰਦਾ ਕਿ ਸਾਰੇ ਭੈਣ ਭਰਾਵਾਂ ਦੇ ਵਿੱਚ ਹਮੇਸ਼ਾ ਪਿਆਰ ਬਣਿਆ ਰਹੇ। ਸੁਪੰਨੇ ਜੀ, ਜਿਹੜਾ ਮਹੂਰਤ ਦੀ ਗੱਲ ਹੁੰਦੀ ਹੈ ਰੱਖੜੀ ਦੇ, ਉਸ ਵੇਲੇ ਕਿਹਾ ਜਾਂਦਾ ਕਿ ਭਦਰਾ ਦਾ ਇੱਕ ਅਜਿਹਾ ਮਹੂਰਤ ਹੈ ਜਿਸ ਵੇਲੇ ਰੱਖੜੀ ਬੰਨਣਾ ਬਿਲਕੁਲ ਵਰਜਿਤ ਕੀਤਾ ਜਾਂਦਾ ਹੈ। 19 ਤਰੀਕ ਨੂੰ ਕਿਹੜਾ ਮਹੂਰਤ ਹੈ ਭਦਰਾ ਦਾ ਜਿਸ ਵੇਲੇ ਭਦਰਾ ਲੱਗੀ ਹੋਈ ਹੈ ਤੇ ਰੱਖੜੀ ਨਹੀਂ ਬੰਨਣੀ ਚਾਹੀਦੀ? ਹਰ ਸਾਲ ਦੀ ਤਰ੍ਹਾਂ ਰੱਖੜੀ ਦਾ ਮਹਾਪਰਵ ਸ਼ਰਾਵਣ ਪੂਰਨਿਮਾ ਨੂੰ ਮਨਾਇਆ ਜਾਂਦਾ ਹੈ, ਜੋ ਕਿ 3:07 ਤੋਂ ਸਟਾਰਟ ਹੋ ਕੇ ਰਾਤ ਦੇ 11:57 ਤੱਕ ਰਹੇਗਾ। ਇਸ ਵਿੱਚ ਭਦਰਾ ਕਾਲ ਦੀ ਜੇ ਗੱਲ ਕੀਤੀ ਜਾਵੇ, ਭਦਰਾ ਕਾਲ 1:31 ਤੱਕ ਦੁਪਹਿਰ ਦੇ ਭਦਰਾ ਰਹੇਗੀ, ਜਿਸ ਵਿੱਚ ਰੱਖੜੀ ਬੰਨਾ ਵਰਜੀ। ਤੇ ਪੰਡਿਤ ਜੀ, ਜੇ ਕੋਈ ਐਮਰਜੈਂਸੀ ਆਉਂਦੀ ਹੈ, ਕਿਸੇ ਨੂੰ ਕੋਈ ਜ਼ਰੂਰੀ ਕੰਮ ਹੁੰਦਾ ਹੈ ਤੇ ਉਹ ਬੰਨਣਾ ਚਾਹੁੰਦੇ ਨੇ ਇਸ ਤੋਂ ਪਹਿਲਾਂ ਰੱਖੜੀ, ਕੀ ਕੋਈ ਸਮਾਂ ਹੈ ਵਿੱਚ ਕਿ ਅਸੀਂ ਬੰਨ ਸਕੀਏ? ਪੁੱਛੇ ਜਿਆ ਵਾਹ ਮੁੱਖੇ ਕਾਰਯ ਵਿਨਾਸ਼ਕ, ਅਰਥਾਤ ਕਿ ਜੇ ਕਿਸੇ ਨੂੰ ਕੋਈ ਐਮਰਜੈਂਸੀ ਹੈ, ਉਹ ਰੱਖੜੀ ਪਹਿਲਾਂ ਬੰਨਣਾ ਚਾਹੁੰਦਾ ਹੈ, ਭਦਰਾ ਮੁੱਖ ਦੇ ਵਿੱਚ ਭੁੱਲ ਕੇ ਵੀ ਰੱਖੜੀ ਨਹੀਂ ਬੰਨਣੀ ਚਾਹੀਦੀ ਜਿਸ ਵਿੱਚ ਵਿਨਾਸ਼ ਹੁੰਦਾ ਹੈ। ਜੇ ਐਮਰਜੈਂਸੀ ਹੈ, ਤੁਸੀਂ ਉਹਦੇ ਪੁੱਛ ਕਾਲ 'ਚ ਬੰਨ ਸਕਦੇ ਹੋ। ਜਿਹੜਾ ਭਦਰਾ ਮੁੱਖ ਦਾ ਸਮਾਂ ਹੈ, ਉਹ ਸਵੇਰੇ 10:54 ਤੋਂ ਲੈ ਕੇ ਦੁਪਹਿਰ ਦੇ 12:38 ਤੱਕ ਰਹੇਗਾ, ਜਿਸ ਵਿੱਚ ਤੁਸੀਂ ਭੁੱਲ ਕੇ ਵੀ ਰੱਖੜੀ ਨਹੀਂ ਬੰਨਣੀ। ਤੇ ਹੁਣ ਗੱਲ ਕਰਦੇ ਹਾਂ ਸ਼ੁਭ ਮਹੂਰਤ ਦੀ। ਅਸਲ ਦੇ ਸ਼ੁਭ ਮਹੂਰਤ ਕਿਹੜਾ ਹੈ ਜਿਹੜਾ 31 ਤੱਕ ਤਾਂ ਭਦਰਾ ਲੱਗੇ, ਉਸ ਤੋਂ ਬਾਅਦ ਕਿਹੜਾ ਸ਼ੁਭ ਮਹੂਰਤ ਹੈ? ਦੁਪਹਿਰ ਦੇ 1:48 ਤੋਂ ਲੈ ਕੇ ਰਾਤ ਦੇ 8:20 ਦਾ ਸਮਾਂ ਜਿਹੜਾ ਸ਼੍ਰੇਸ਼ਟ ਆ। ਜੇਕਰ ਇਸ ਤੋਂ ਵੀ ਸ਼੍ਰੇਸ਼ਟ ਮਹੂਰਤ ਦੀ ਗੱਲ ਕਰੀਏ, ਵੈਸੇ ਤਾਂ ਤੁਸੀਂ ਪੂਰਨਿਮਾ ਦੇ ਦਿਨ ਆਪਾਂ ਬੰਨ ਸਕਦੇ ਹਾਂ ਭਦਰਾ ਕਾਲ ਨੂੰ ਟਾਲ ਕੇ, ਜੇ ਸ਼੍ਰੇਸ਼ਟ ਮਹੂਰਤ ਦੀ ਗੱਲ ਕਰੀਏ 1:48 ਤੋਂ ਲੈ ਕੇ 4:22 ਤੱਕ ਦਾ ਸ਼੍ਰੇਸ਼ਟ ਮਹੂਰਤ ਆ, ਜਿਸ ਵਿੱਚ ਭੈਣਾਂ ਨੂੰ ਆਪਣੇ ਭਰਾਵਾਂ ਦੀ ਰੱਖੜੀ ਬੰਨਣੀ ਚਾਹੀਦੀ। ਸੋ ਇਹ ਸਭ ਤੋਂ ਜ਼ਿਆਦਾ ਸ਼ੁਭ ਮਹੂਰਤ, ਬਿਲਕੁਲ ਸ਼ੁਭ ਮਹੂਰਤ ਹੈ। ਠੀਕ ਹੈ, ਸੋ ਹੁਣ ਗੱਲ ਕਰਦੇ ਹਾਂ, ਕੋਈ ਇਹਤਿਆਤ ਅਜਿਹਾ ਹੈ ਜਿਸ ਨੂੰ ਵਰਤਣ ਦੀ ਜ਼ਰੂਰਤ ਹੈ ਜਦੋਂ ਰੱਖੜੀ ਬੰਨੀ ਜਾਵੇ? ਬਿਲਕੁਲ, ਯਾਦ ਰੱਖੋ ਕਿ ਜਦੋਂ ਵੀ ਭੈਣਾਂ ਆਪਣੇ ਭਰਾਵਾਂ ਦੀ ਰੱਖੜੀ ਬੰਨਦੀ, ਭੈਣਾਂ ਦਾ ਮੁੱਖ ਪੱਛਮ ਦਿਸ਼ਾ ਵੱਲ ਹੋਣਾ ਚਾਹੀਦਾ, ਕਿਉਂਕਿ ਭਰਾ ਦਾ ਮੁੱਖ ਪੂਰਬ ਵੱਲ ਹੋਣਾ ਚਾਹੀਦਾ ਹੈ। ਤੇ ਹਮੇਸ਼ਾ ਅੱਜ ਕੱਲ ਡਿਜੀਟਲ ਦੁਨੀਆ, ਲੋਕੀ ਨੈੱਟ ਤੋਂ ਪੜ੍ਹ ਰਹੇ ਆ ਜਾਂ ਕਿਸੇ ਕਿਤੋਂ ਪੁੱਛ ਕੇ ਕੁਛ ਕਰ ਰਹੇ ਆ, ਸਭ ਤੋਂ ਜ਼ਰੂਰੀ ਹੈ ਸਿੰਧੂਰ ਦਾ ਤਿਲਕ। ਸਿੰਧੂਰ ਦਾ ਤਿਲਕ ਸ਼ਾਸਤਰਾਂ ਦੇ ਵਿੱਚ ਪਵਿੱਤਰ ਮੰਨਿਆ ਗਿਆ ਤੇ ਸਿੰਧੂਰ ਦਾ ਹੀ ਉਪਯੋਗ ਟਿੱਕੇ ਦੇ ਵਿੱਚ ਕਰਨਾ ਚਾਹੀਦਾ ਹੈ ਤੇ ਟਿੱਕੇ ਦੇ ਉੱਤੇ ਚਾਵਲ ਜ਼ਰੂਰ ਲਾਣੇ ਚਾਹੀਦੇ ਆ, ਜਿਹੜਾ ਕਿ ਸ਼ੁਭ ਚਿੰਨ੍ਹ ਦੇ ਪ੍ਰਤੀਕ ਹਨ। ਇਸ ਤੋਂ ਇਲਾਵਾ ਰੱਖੜੀ ਬੰਨਣ ਤੋਂ ਪਹਿਲਾਂ ਕਲਾਈ ਤੇ ਮੌਲੀ ਜ਼ਰੂਰ ਬੰਨਣ। ਸੋ ਇਹ ਤੁਸੀਂ ਦੱਸਿਆ ਕਿ ਕੀ ਇਤਿਹਾਸ ਵਰਤਣੀ ਚਾਹੀਦੀ, ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਇਸ ਦੇ ਨਾਲ ਜਿਹੜੀ ਭਦਰਾ ਹੈ, ਉਸ ਦਾ ਬਹੁਤ ਜ਼ਿਆਦਾ ਡਰ ਪਾਇਆ ਜਾਂਦਾ ਹੈ ਕਿ ਇਸ ਵੇਲੇ ਨਹੀਂ ਪਾਉਣੀ ਚਾਹੀਦੀ, ਇਹਦਾ ਕੋਈ ਖਾਸ ਕਾਰਨ ਤੁਸੀਂ ਦੱਸ ਸਕਦੇ ਕਿ ਭਦਰਾ ਆਖਰ ਦੇ ਵਿੱਚ ਸੀ ਕੀ ਤੇ ਕਿਉਂ ਇਹ ਮਹੂਰਤ ਕਿਹਾ ਜਾਂਦਾ ਕਿ ਇਸ ਵਿੱਚ ਨਹੀਂ ਪਾਉਣੀ ਚਾਹੀਦੀ? ਭਦਰਾ ਸੂਰਯ, ਭਗਵਾਨ ਸੂਰਯ ਦੇਵ ਤੇ ਛਾਇਆ ਦੀ ਪੁੱਤਰੀ ਸੀ ਤੇ ਭਗਵਾਨ ਸ਼ਨੀ ਦੇਵ ਦੀ ਭੈਣ ਸੀ। ਭਦਰਾ ਦੇ ਵਿੱਚ, ਭਦਰਾ ਕਾਲ ਦੇ ਵਿੱਚ ਰਾਵਣ ਦੀ ਭੈਣ ਨੇ ਰਾਵਣ ਨੂੰ ਰੱਖੜੀ ਬੰਨੀ ਸੀ। ਉਸੇ ਸਾਲ ਦੇ ਵਿੱਚ ਰਾਵਣ ਦੀ ਲੰਕਾ ਦਾ ਵੀ ਨਾਸ਼ ਹੋ ਗਿਆ ਸੀ, ਕਹਿਣ ਦਾ ਭਾਵ ਉਹਦਾ ਸਰਵ ਨਾਸ਼ ਹੋ ਗਿਆ ਸੀ। ਤਦ ਤੋਂ ਅਸੀਂ ਭਦਰਾ ਕਾਲ ਨੂੰ ਟਾਲਦੇ ਹਾਂ। ਬਿਲਕੁਲ ਸਹੀ। ਸੋ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤੁਸੀਂ ਮਹੂਰਤ ਵੀ ਦੱਸਿਆ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ।
ਔਰ ਤੁਸੀਂ ਸਾਨੂੰ ਇਹ ਵੈਲਿਊਬਲ ਇਨਫੋਰਮੇਸ਼ਨ ਨਾਲ ਅਪਡੇਟ ਕਰਵਾਇਆ। ਥੈਂਕ ਯੂ ਸੋ ਮਚ। ਧੰਨਵਾਦ ਸਾਰੇ ਦਰਸ਼ਕਾਂ ਦਾ।